ਸਾਲਾ ਜੀ ਕਿਦਾਂ ਤਬੀਤਾ ਠੀਕ ਨੇ ਹਰ ਤਰ੍ਹਾਂ ਖੈਰੀਅਤ ਹੈ ਜੀ ਮੇਰੀ ਦੁਆ ਹੈ ਕਿ ਅੱਲਾਹ ਪਾਕ ਕਰੇ ਤੁਹਾਡੀ ਫੈਮਿਲੀ ਹਮੇਸ਼ਾ ਸੁਖ ਚਿਰਵੇ ਅੱਲਾਹ ਪਾਕ ਤੁਹਾਡੇ ਤੇ ਤੁਹਾਡੇ ਬੱਚਿਆਂ ਤੇ ਅੰਮੀ ਅੱਬੂ ਤੇ ਪੈਣਾ ਭਰਾਵਾਂ ਤੇ ਹਮੇਸ਼ਾ ਆਪਣੀ ਮਿਹਰ ਰੱਖੇ ਜਿਉਂਦੇ ਵੱਸਦੇ ਰਹੋ ਬਹੁਤ ਬਹੁਤ ਸ਼ੁਕਰੀਆ ਤੇ ਜਿਹੜੇ ਦੋਸਤ ਮੇਰਾ ਚੈਨਲ ਸਬਸਕ੍ਰਾਈਬ ਕਰ ਦੇ ਲੈ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਜਿਹੜੇ ਦੋਸਤ ਅੱਜ ਮੈਨੂੰ ਪਹਿਲੀ ਵਾਰੀ ਦੇਖ ਰਹੇ ਨੇ ਉਹ ਸਭ ਤੋਂ ਪਹਿਲੇ ਮੇਰਾ ਚੈਨਲ ਸਬਸਕ੍ਰਾਈਬ ਕਰਨਗੇ ਉਸ ਤੋਂ ਬਾਅਦ ਨਾਲ ਜਿਹੜਾ ਘੰਟੀ ਦਾ ਬਟਨ ਹੈ ਉਹਨੂੰ ਦਬਾਉਣਗੇ ਅੱਜ ਲਈ ਤੁਸੀਂ ਘੰਟੀ ਦਾ ਬਟਨ ਦਬਾਓਗੇ ਤਾਂ ਤੁਹਾਨੂੰ ਫਾਇਦਾ ਇਹ ਹੋਏਗਾ ਕਿ ਤੁਸੀਂ ਜਿੱਥੇ ਵੀ ਬੈਠੇ ਹੋਵੋਗੇ ਮੈਂ ਜਦੋਂ ਵੀ ਆਪਣਾ ਵੀਡੀਓ ਜਿਹੜਾ ਅਪਲੋਡ ਕਰਾਂਗਾ ਤੇ ਤੁਹਾਡੇ ਤੱਕ ਇਹ ਸੁਨੇਹਾ ਪਹੁੰਚ ਜਾਊਗਾ ਕਿ ਜੀ ਰਣੇ ਜਾਸ ਨੇ ਜਿਹੜਾ ਆਪਣਾ ਵੀਡੀਓ ਹੈ ਉਹ ਅਪਲੋਡ ਕਰਤਾ ਹੈ ਤੇ ਦੂਸਰੀ ਗੱਲ ਇਹ ਹੈ ਕਿ ਅਗਰ ਤੁਸੀਂ ਮੇਰੇ ਨਾਲ ਕਿਸੇ ਵੀ ਕਿਸਮ ਦੀ ਕੋ ਗੱਲਬਾਤ ਕਰਨਾ ਚਾਹੁੰਦੇ ਆ ਤੇ ਆ ਦੇਖੋ ਆ ਥੱਲੇ ਮੇਰਾ ਫੇਸਬੁੱਕ ਪੇਜ ਨਜ਼ਰ ਆ ਰਿਹਾ ਹੈ ਆ ਜਿਹੜਾ ਪੇਜ ਤੁਹਾਨੂੰ ਨਜ਼ਰ ਆ ਰਿਹਾ ਹੈ ਇਹੀ ਮੇਰਾ ਪੇਜ ਹੈ ਇਸ ਤੋਂ ਇਲਾਵਾ ਦੁਨੀਆ 'ਚ ਜਿੰਨੇ ਰਣੇ ਜਾਸ ਦੇ ਨਾਮ ਦੇ ਪੇਜ ਚੱਲ ਰਹੇ ਨੇ ਮੇਰਾ ਕਿਸੇ ਪੇਜ ਨਾਲ ਕੋਈ ਤਾਲੁਕ ਨਹੀਂ ਹੈ ਉਹ ਸਭ ਫੇਕ ਹੈ ਇਹ ਜਿਹੜਾ ਪੇਜ ਤੁਹਾਨੂੰ ਨਜ਼ਰ ਆ ਰਿਹਾ ਹੈ ਅਸਲ 'ਚ ਇਹ ਮੇਰਾ ਪੇਜ ਹੈ ਇੱਥੇ ਹੀ ਤੁਸੀਂ ਮੇਰੇ ਨਾਲ ਗੱਲ ਕਰੋਗੇ ਇਹਨੂੰ ਲਾਈਕ ਕਰੋਗੇ ਤੇ ਲੋ ਜੀ ਅੱਜ ਇੱਕ ਬਹੁਤ ਤਗੜੀ ਤੇ ਬਹੁਤ ਵੱਡੀ कॉल जी है वो अपना स्टार्ट कर जा रहे हैं जी लो जी कॉल मिला जी हलो हलो हेलो एस एच ओ रफीक चटा गल कर मैं थाने चो कौन गल कर रहा है ਓ ਕਿਹੜਾ ਬੋਲਦਾ ਪਿਆ ਏ ਮੀਨਾ ਬੋਲਦਾ ਬਾਜੀ ਮੀਨਾ ਰੰਗਦਾ ਕੰਮ ਕਰਨਾ ਹੈ ਤੂੰ ਹਾਂਜੀ ਬਾਜੀ ਅੱਛਾ ਤੇ ਇਹ ਇੱਕ ਵਾਰਦਾਤੀਆ ਫੜਿਆ ਮੈਂ ਅੱਛਾ ਜੀ ਤੇ ਇਹਨੂੰ ਮੈਂ ਪੁੱਛਿਆ ਕਿ ਕਿੰਦਰਾਂ ਗੱਲ ਕਰਨੀ ਹੈ ਤੇ ਇਹਨੇ ਕਿਹਾ ਕਿ ਆ ਨੰਬਰ ਬੁਲਾ ਦਿਓ ਤੇ ਗੱਲ ਕਰੇ ਨਾ ਜ਼ਰਾ ਬਾਜੀ ਮੇਰਾ ਕੀ ਕੰਮ ਹੈ ਜੀ ਬਾਜੀ ਇਹ ਤੈਨੂੰ ਦੱਸਨੇ ਆ ਨਾ ਜ਼ਰਾ ਗੱਲ ਕਰ ਲੈ ਪਹਿਲੇ ਬਾਜੀ ਕੌਣ ਆ ਮੈਨੂੰ ਦੱਸੋ ਬਾਜੀ ਮੈਂ ਮੈਨੂੰ ਮੈਂ ਕਿਸੇ ਨੂੰ ਜਾਣਦਾ ਜੀ ਹੈਲੋ 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 ਮੀਨਾ ਮਰਾਨਾ ਜਹਾਜ਼ ਗੱਲ ਕਰਦਾ ਓਏ ਮੈਂ ਫੜਿਆ ਗਿਆ ਤੇ ਉੱਚੀ ਬੋਲੀ ਯਾਰ ਸਭ ਨਹੀਂ ਆ ਰਹੀ ਯਾਰ ਕੌਣ ਬੋਲਦਾ ਰਾਣਾ ਜਹਾਜ਼ ਗੱਲ ਕਰਦਾ ਮੈਂ ਨਾ ਪੁਲਿਸ ਵਾਲਿਆਂ ਨੇ ਫੜ ਲਿਆ ਤੇ ਇਹ ਨਾ ਮੈਨੂੰ ਬੜਾ ਕੁੱਟਣ ਲੇ ਓਏ ਓ ਤੇਰੀ ਖੈਰ ਹੋ ਗਈ ਓਏ ਓ ਤੇਰੀ ਖੈਰ ਹੋ ਗਈ ਓਏ ਓ ਲੈ ਆ ਓ ਮਟਿਆਈ ਓਏ ਓਏ ਰਾਣਾ ਜਹਦ ਬੋਲਦਾ ਰਾਣਾ ਓਏ ਥਾਣੇ ਚ ਬਾਪ ਮਾਰ ਲੈ ਇਹਨਾਂ ਨੇ ਫੜਿਆ ਤੇਨੂੰ ਤਿੰਨਾ ਚੌਣ ਓਏ ਥਾਣੇ ਵਾਲੇ ਜਿੰਦਾਬਾਦ ਬਈ ਆ ਆਇਓ ਆ ਆਇਓ ਉਡਾ ਭਾੜ ਦੇ ਥੱਲੇ ਓਏ ਓਏ ਮਾਮਾ ਓਏ ਆਏ ਆਹਾ ਪਤਾ ਨਹੀਂ ਮੈਂ ਕਹਿੰਦਾ ਰੱਬ ਨੇ ਕਿਹੜੇ ਵੇਲੇ ਮੇਰੀ ਨੇੜੇ ਹੋ ਕੇ ਸੁਣ ਲਈ ਖਰੇ ਓ ਕੀ ਕੀਤਾ ਈ ਓਏ ਬਹੁਤ ਮਾਰਟ ਜਿੰਨਾ ਵੀ ਮਾਰਨ ਦੇ ਕਾਕਾ ਥੋੜਾ ਆਹਾ ਮੈਂ ਕਹਿੰਦਾ ਲੈ ਐਵੇਂ ਕਿਵੇਂ ਬੋਲਦਾ ਬੋਲੀ ਜਰਾ ਮਜ਼ਾਕ ਨਾ ਕਰ ਯਾਰ ਮੀਨੇ ਮੇਰੇ ਨਾਲ ਆਇਆ ਨਾ ਵਿਦ ਅਜ ਕਾਬੂ ਕਾਕਾ ਲੈ ਮੈਂ ਕਹਿੰਦਾ ਤੂੰ ਸਹੀ ਆਪਣੇ ਟਿਕਾਣੇ ਤੇ ਪਹੁੰਚ ਗਿਆ ਕਾਕਾ ਮੀਨੇ ਨਾ ਮੀਨੇ ਕਿਦਾਂ ਮੈਂ ਕਿਹਨਾ ਭਿੱਜੀ ਬਿੱਲੀ ਵਰਗੀ ਆਵਾਜ਼ ਆਉਂਦੀ ਆ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ਇੱਕ ਦਿਨ ਸੱਚਾ ਵੀ ਮਰ ਜਾਣ ਨਾ 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 ਮੈਂ ਕਹਿੰਦਾ ਦੁਸ਼ਮਣ ਮੈਂ ਇੱਕ ਖੁਰਸੀ ਕਰ ਲਾ ਲੇਕਿਨ ਉਧਰ ਰੋਣਾ ਜਿੱਦਣ ਐ ਤੂੰ ਮਰਨਾ ਕਿਹੜੇ ਕੰਮ 'ਚ ਫੜਿਆ ਗਿਆ ਓਏ ਮਾਮਾ ਓਏ ਟੱਟੂ ਓਏ ਓਏ ਚੌਧਰੀ ਫਿਲਮ ਐ ਅ ਪਪੂ ਹੈਲੋ ਓਏ ਓ ਚੂਜ਼ੂ ਮੈਨੂੰ ਮਾਫ ਕਰ ਦੇ ਲੈ ਮਾਫ ਕਰ ਦੇ ਮਾਫ ਲਾ ਕੇ ਜਿਹੜੇ ਅੱਬਾ ਜੀ ਬੈਠੇ ਤਾਂ ਕੋ ਮੰਗੇ ਵਾਦਾ ਦਈਏ ਓਏ ਉੱਚੀ ਤੇ ਬੋਲੇ ਦੱਕਾ ਲੱਗਿਆ ਮੈਨੂੰ ਮੇਰੇ ਬਹੁਤ ਦਰਦਾਂ ਹੋ ਰਹੀਆਂ ਦਰਦਾ ਬਤਾ ਤੇਰਾ ਹੋਈਆਂ ਨਹੀਂ ਜਿੱਤੇ ਤੱਕ ਮੈਂ ਸੋਚਿਆ ਦਰਦਾਂ ਇਹ ਤੇਰੇ ਤੇਰੀ ਬਜਾਦੋ ਜਿਹੜਾ ਮੈਂ ਖੱਜਲ ਆਏ ਤੇ ਓਏ ਲੈ ਓਏ ਜੁੱਢਾਈ ਕਰੀ ਜਾਂ ਨਾ ਮੈਂ ਆਉਂ ਨਾ ਆ ਕੇ ਤੈਨੂੰ ਬੇਟਾ ਹੋਰ ਪਵਾਉਣੀ ਆ ਜੀ ਇਹ ਮਿੰਨੇ ਮੈਂ ਦੀ ਮੈਂ ਰਾਣਾ ਜਾਸ ਨਹੀਂ ਮੰਗੇਤਰ ਆ ਮੇਰੀ ਐਡੀ ਸ਼ਰਮ ਆਂਦੀ ਆ ਮੇਰਾ ਨਾਂ ਲੈਂਦੇ ਹੁਣ ਵੀ ਉੰਜ ਕਹ ਰਾਣਾ ਜਾਸ ਬੋਲ ਰਿਹਾ ਰਾਣਾ ਜਾਸ ਬੋਲ ਰਿਹਾ ਮਮਾ ਓ ਜੱਜੀ ਮਿੰਨੇ ਓਏ ਕੋਈ ਆ ਕੀ ਕੀਤਾ ਕੀ ਓਏ ਵੀ ਤੈਨੂੰ ਕੋਈ ਗੱਲ ਦੱਸ ਓਏ ਓਏ ਬੋਲਦਾ ਨਹੀਂ ਓਏ ਹਾਏ ਲਾਗੇ ਜਿਹੜੇ ਬੈਠੇ ਇਹਨਾਂ ਨੂੰ ਵੀ ਕਹਦੇ ਆ ਜਾ ਮੇਰੇ ਕੋਲ ਤੁਹਾਡੇ ਲਈ ਕੰਮ ਹੈਗਾ ਬੇਟਾ ਇਹਨਾਂ ਕੋ ਜਿਹੜਾ ਤੇਰੇ ਲਈ ਕੰਮ ਹੈ ਨਾ 3 ਸਾਲ ਹੀ ਮੁੱਕਣਾ ਤੇਰੇ ਕੋ ਓਏ ਲੱਤ ਗਈ ਹੈਲੋ ਬਾਊ ਓਏ ਮਾਮੂ ਬਣਾ ਇਹਨਾਂ ਨੂੰ ਮਾਮੂ ਹੁਣ ਇਹਵੇਂ ਬੇਟਾ ਤੈਨੂੰ ਇਹੋ ਜਿਹਾ ਕੋ ਬਣਾਉਣਾ ਦੇਖੀ ਯਾਦ ਰੱਖੇਂਗਾ ਹਾਏ ਬੜਾ ਮੈਂ ਕਹਿੰਦਾ ਅੰਜਮੰਦਰ ਦਾ ਸਾ ਲਿਆ ਨਹੀਂ ਆ ਬੈਠਾ ਆਪਣੇ ਘਰ 'ਚ ਮੇਰੀ ਲੱਤ ਲੱਤ ਤੇਰੀ ਕੋਈ ਗਈ ਹਲੇ ਆ ਦੂਜੀ ਕਾਲ ਹੋਣੀ ਆ ਮੇਰੀ ਤਾਂ ਦੂਜੀ ਲੱਤ ਵੀ ਗਈ ਹਾਏ 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 ਬੀਖੇ ਹਾਏ ਇਹਦੀ ਹਾਏ ਸੁਣ ਉਹਦੋਂ ਤੇਰੀ ਹਾਏ ਕਿੱਥੇ ਦੀ ਜਦੋਂ ਮੈਨੂੰ ਕਹਿੰਦਾ ਸੀ ਕਿਤੇ ਬਹਿ ਕੇ 15 ਦਿਨ ਦਾੜ ਲਾਉਣੀ ਹੈ ਉਹਦੋਂ ਮੇਰੀਆਂ ਹਾਏ ਨਹੀਂ ਸੀ ਸੁੰਦੀਆਂ ਤੈਨੂੰ ਓਏ ਓਏ ਮੱਥਨ ਚੱਕਰਵਤੀ ਓਏ ਅਮਰੇਸ਼ਪੁਰੀ ਮੋਗਈ ਫਿਲਮੇ ਮਨੇ ਯਾਰ ਮੈਨੂੰ ਛਡਾਲਾ ਹੈ ਛਡਾਲਾ ਇਹਨੂੰ ਛਡਾਲਾ ਕਿੱਥੋਂ ਛਡਾਲਾ ਤੈਨੂੰ ਤੜਿਆ ਯਾਰ ਬਹੁਤ ਮਾਰਨ ਦਾ ਸਵੇਰ ਦੇ ਸਵੇਰ ਦੇ ਮਾਰਨ ਦੇਣਾ ਬੇਟਾ ਇਦਾਂ ਹੀ ਵਜਨੀ ਆ ਤੈਨੂੰ ਹਫਤਾ ਕੋ ਹੋਰ ਹਫਤੇ ਤੱਕ ਤੇ ਸੋਚੀ ਵੀ ਨਹੀਂ ਛੱਡਣ ਹਾਏ ਮੈਨੂੰ ਇਹ ਲੱਗਦਿਆ ਵੀ ਮੇਰੀ ਬਿਮਾਰੀ ਮਾਣਾ ਗੱਲ ਹੁੰਦੀ ਓਏ ਗੱਲ ਕਰਾ ਮੇਰੀ ਐਸੇ ਚੋਣ ਚਲ ਜੀ ਗੱਲ ਕਰੀਏ ਤੇ ਰਨਾ ਹੁਨੇ ਹਲੋ ਹਲੋ ਹਾਂ ਬੀਬੀ ਨੇ ਕੀ ਹਾਲ ਹੈ ਓ ਯਾਰੇ ਇਹ ਬੰਦਾ ਹੀ ਚਮਲਾ ਯਾਰ ਜਿਹੜਾ ਤੁਸੀਂ ਫੜ ਲਿਆ ਯਾਰ ਇਹ ਕੀ ਕੀ ਕੀਤਾ ਕੀ ਉਹਨੇ ਕਿਦਾਂ ਥਾਇਆ ਤੁਹਾਡੇ ਇਹ ਬੜਾ ਵੱਡਾ ਡਕੇਟ ਹੈ ਮੈਨੂੰ ਤਾਂ ਪਹਿਲੇ ਸ਼ੱਕ ਸੀ ਕਿ ਕੋ ਬੰਦਾ ਫੁੱਟਾ ਹੈ ਇਹ ਦਿਮਾਗ ਦਾ ਹੀ ਹੈ ਯਾਰ ਡਾਕੂ ਏ ਡਾਕੂ ਡਾਕੂ ਓ ਯਾਰੇ ਮੈਨੂੰ ਬੜੀ ਦੇਰ ਕਾਲਾ ਕਰਦਾ ਰਿਹਾ ਜਨਾਬ ਕਾਧੀਆਂ ਕਾਲਾਂ ਅਬ ਮੈਂ ਕਹਿੰਦਾ ਤੁਸੀਂ ਇਹਨੇ ਮੈਨੂੰ ਇੰਨੀ ਵਾਰੀ ਫੋਨ ਕੀਤਾ ਯਾਰ ਮੈਂ ਮੈਂ ਬੜਾ ਤੰਗ ਸੀ ਅੱਛਾ ਤੈਨੂੰ ਇਹ ਕਾਲਾ ਕਰਦਾ ਰਿਹਾ ਕਾਲਾ ਮੈਂ ਕਹਿੰਦਾ 20 ਵਾਰੀ ਇਹਨੇ ਮੈਨੂੰ ਬੁਲਾਇਆ ਯਾਰ ਕਿਉਂ ਕਿਉਂ ਕਾਲਾ ਕਰਦਾ ਸੀ ਕਾਲਾ ਹੁਣ ਇਹ ਕਿਹੜੀ ਗੱਲ ਆ ਯਾਰ ਕੋਈ ਆਪਣੀ ਕੋਈ ਗੱਲ ਕਰਦੇ ਸੀ ਹੁਣ ਹਾਸੇ ਵਾਲੀ ਗੱਲ ਤੈਨੂੰ ਦੱਸਾਂ ਯਾਰ ਯਾਰ ਕਿਨੂੰ ਆਖਦਾ ਪਿਆ ਮੈਂ ਪੁੱਛਦਾ ਪਿਆ ਕਿ ਤੈਨੂੰ ਕਾਲਾ ਕਿਉਂ ਕਰਦਾ ਸੀ ਓ ਚੱਲ ਕੋਈ ਨਹੀਂ ਯਾਰ ਹੁਣ ਜਿੰਨਾ ਤੁਸੀਂ ਮਾਰ ਲਿਆ ਯਾਰ ਠੀਕ ਐ ਹੁਣ ਮਤਲਬ ਹੈ ਮੈਂ ਇਹ ਨਹੀਂ ਚਾਉਣਾ ਵੀ ਤੁਸੀਂ ਮੇਰੀ ਮੇਰੀ ਖਾਤਰ ਫੜ ਕੇ ਤੈਨੂੰ ਯਾਰ ਕਿਤੇ ਅੰਦਰ ਦੇ ਦੇ। ਲਿੱਤਰ ਤਵਜਣਗੇ ਲੈ ਭਾਈ। ਮਾਰੋ ਮਾਰੋ ਮਾਰੋ। ਮਾਰੋ ਲੈ ਕੇ ਪਤਾ ਇੱਕ ਗੱਲ ਕੀ ਹੈ ਯਾਰ ਇਹ ਬੰਦਾ ਇਹ ਚਵਲਾ ਇਹ ਸਾਹਿਬ ਜੀ। ਓ ਚਵਲੇ ਜਾਂ ਜਿਹੜਾ ਵੀ ਇਹ ਸਾਡੇ ਵਾਸਤੇ ਡਕੇਟ ਏ, ਡਾਕੂ ਏ, ਚੋਰ ਏ ਤੇ ਆ ਗੱਲ ਕਰ ਇਹਦੇ ਨਾਲ ਇਹ ਤੇ ਗੱਲ ਮੁਕਾਓ ਜਲਦੀ। ਆ ਸਾਰੋ ਗੱਲ ਯਾਰ ਮੈਂ ਜਰਾ ਕੀ ਕਰਨੀ ਯਾਰ ਮੈਂ ਠੀਕ ਆ ਗਿਆ ਤੁਹਾਡੇ ਹੱਥੇ। ਗੱਲ ਕਰ ਓਏ। ਓਏ ਓਏ ਜਦਤ ਓਏ ਹੁਣ ਕਿਆ ਹੁਣ ਕਿਆ ਖੋਤੇ ਰਗ ਕਰਨੇ ਮਾਮਾ ਹੀ ਦੇ ਮੀਨੇ ਹਾਂਜੀ ਫਾਂ ਕੋ ਪੈਸੇ ਚਾਹੀਦੇ ਕਾ ਰੋਟੀ ਹਾਂਜੀ ਆਵਾ ਤਾੜੇ ਰੋਟੀ ਲਾ ਕੇ ਨਹੀਂ ਮੀਨੇ ਮੜਾ ਹੋ ਗਿਆ ਕੀ ਮੀਨੇ ਜਿਹੜੀਆਂ ਆਪਾਂ ਮੋਟਰਸਾਈਕਲਾਂ ਚੁੱਕੀਆਂ ਸੀ ਨਾ ਦੋਨਾਂ ਨੇ ਕੀ ਕੀ ਆਪਾਂ ਜਿਹੜੀਆਂ ਮੋਟਰਸਾਈਕਲਾਂ ਚੋਰੀ ਕਰਦੇ ਰਹੇ ਮੈਂ ਜਿਹੜੀਆਂ ਤੂੰ ਵੇਚਦਾ ਹੁੰਦਾ ਸੀ ਚੋਰੀ ਵਾਲੀਆਂ ਓਏ ਓ ਇਧਰ ਮੁਕਰਵੇਂ ਰਿਆ ਲੈ ਓਏ ਇਧਰ ਮੁਕਰ ਮੀਨੇ ਓਏ ਨਾਲ ਲੈ ਮੇਰਾ ਚਵਲਾ ਮੀਨੇ ਜਿੰਨੇ ਪਾਸਾਈਕਲ ਚੁੱਕੇ ਸੀਗੇ ਓਏ ਕਿਸ ਕੁੱਤੇ ਨੇ ਝਾੜਿਆ ਮਿੰਨੇ ਮੈਂ ਤੇਰਾ ਦੱਸਦਾ ਤੇਰੀ ਕਾਲ ਰਿਕਾਰਡਿੰਗ ਤੇ ਲੱਗੀ ਹੋਈ ਆ ਉਹ ਤੇਰੇ ਤੇ ਲਾਣਤ ਓਏ ਓਏ ਸੱਚ ਓ ਸਾਬ ਓਏ ਫੁੰਦੇ ਓ ਇਹਨੂੰ ਓਏ ਮਮਾ ਵੀ ਨਾ ਪਹਗੀ ਜਾ ਪਾਖਲਾ ਮਿੰਨੇ ਜਿਹੜੇ ਆਪਾਂ ਪਾਣੀ ਵਾਲੇ ਪੰਪ ਜਿੰਨੇ ਚੁੱਕੇ ਤੂੰ ਜਿੱਥੇ ਜਿੱਥੇ ਵੇਚੇ ਆ ਨਾ ਮੈਂ ਸਾਰੇ ਦੱਸੇ ਹੋਈ ਹੋਲੀ ਬੋਲੇ ਓ ਯਾਰ ਕੀ ਕਰਨਿਆ ਯਾਰ ਕੀ ਮਾਰੇ ਬੰਦੇ ਨੂੰ ਆ ਵੀ ਫਸਾਇਆਗਾ ਯਾਰ ਮਿੰਨੇ ਯਾਰ ਮੈਂ ਮੱਦ ਦਸਨਾਂ ਨਹੀਂ ਸੀ ਤੇਰਾ ਨਾਂ ਕਿਹਨਾਂ ਮੈਨੂੰ ਲਿੱਤਰ ਹੀ ਇੰਨੇ ਮਾਰੇ ਆ ਕਿ ਮੈਂ ਫਿਰ ਦੱਸਦਾ ਮੈਂ ਕਿਹਨੂੰ ਹੋਰ ਮਾਰ ਓਏ ਮੈਂ ਕਿਹਾ ਮੇਰਾ ਯਾਰ ਮੀਨਾ ਜਿਹੜਾ ਹੈ ਨਾ ਮੈਂ ਤਾਂ ਬਸ ਆਈਡੀਆ ਹੀ ਦਿੰਦਾ ਸੀਗਾ ਉਹ ਕਿਹਨੂੰ ਦਿੰਦਾ ਸੀ ਯਾਰ ਮੀਨਾ ਤੈਨੂੰ ਤੂੰ ਹੀ ਲਾਉਂਦਾ ਸੀ ਨਾ ਪੰਪ ਲੋਕਾਂ ਦਾ ਓਏ ਰੱਬ ਕੋ ਪਰੇਂਗਾ ਓਏ ਚਾਜੀ ਉਹ ਰਾਹ ਦੇ ਘਰ ਆਣੇ ਜਾਂਦੇ ਯਾਰ ਮੇਰਾ ਨਾਂ ਕਾਲੀ ਲਈ ਲੈ ਜਨਾ ਯਾਰ ਤੂੰ ਆਪ ਫਸਿਆ ਮੀਨਾ ਇਹਨਾਂ ਨੇ ਮੈਨੂੰ ਨਾ ਉਸ ਗੱਲ ਤੇ ਬੜੇ ਲਿੱਤਰ ਮਾਰੇ ਜਦੋਂ ਆਪਾਂ ਛੱਤ ਭੰਨ ਕੇ ਤੇ ਚੋਰੀ ਨਹੀਂ ਸੀ ਤੂੰ ਕੀਤੀ ਤੂੰ ਅੰਦਰ ਦੀ ਨਾ ਤੋਲੇ ਹਜੇ ਜੋਲਾ ਮਾ ਛਾਟ ਡੇਕ ਬੜੀ ਮੈਂ ਤੇਰੇ ਦੱਸਾ ਤੇਰੇ ਤੇ ਤੂੰ ਜਦੋਂ ਅੰਦਰ ਵੜਿਆ ਸੀ ਸਾਰਾ ਸਮਾਨ ਤੂੰ ਚੁੱਕਿਆ ਸੀ ਨਾ ਮੈਂ ਤਾਂ ਬਾਹਰ ਹੀ ਖੜਾ ਸੀ ਯਾਰ ਮੇਰੀ ਮੇਰੀ ਗੱਲ ਸੁਣ ਓਏ ਓਏ ਇਹ ਪੁਲਸ ਵਾਲਿਆਂ ਦੇ ਵੀ ਕੰਨ ਹੁੰਦੇ ਆ ਯਾਰ ਜਾਣਦੇ ਯਾਰ ਇਹdal ਮਜ਼ਾਕ ਨਾ ਕਰ ਯਾਰ ਤੂੰ ਮਜ਼ਾਕ ਚ ਗੱਲ ਕਰਨਿਆ ਯਾਰ ਉਹ ਸਮਝੀ ਸਮਝਣ ਗਾ ਸੱਚੀ ਆ ਯਾਰ ਮੈਂ ਨਾ ਪੁਲਸ ਵਾਲੇ ਇਧਰ ਤੇਰੇ ਨਾਲ ਤੁਰ ਪਿਆ ਮੈਂ ਕਰਦਾ ਤੇਰੇ ਦਾ ਐਡਰੈਸ ਦਿੱਤਾ ਮੈਨੂੰ ਮਾਫ ਕਰ ਦੇ ਭਰਾਵਾ ਓਏ ਝੂਠ ਬੋਲਦਾ ਓਏ ਕੰਜਰਾ ਉਹ ਬਾਜ਼ ਆ ਜਾ ਯਾਰ ਮੀਨੇ ਓਏ ਓ ਮੀਨ ਨਾਲ ਕਹਵੇਂ ਨੋ ਓਏ ਮੀਨੇ ਓਏ ਮੈਂ ਤੈਨੂੰ ਮੈਂ ਕਹਿਣਾ ਉਹਨਾਂ ਨੂੰ ਯਾਰ ਮੈਂ ਮੇਰੀ ਗੱਲ ਸੁਣ ਲੈ ਭਰਾਵਾ ਮੇਰੀ ਮੇਰੀ ਗੱਲ ਸੁਣ ਲੈ ਮੈਂ ਮੇਰੀ ਜੇਬ 'ਚ 150 ਰੁਪਇਆ ਹੈਗਾ ਮੈਂ ਰੋਟੀ ਲੈ ਆਉਣਾ ਤੇਰੇ ਲਈ ਆ ਆ ਇਤਾਂ ਦਾ ਪਾਗਲਪਣਾ ਨਾ ਕਰ ਤੇਰੀ ਮਿਹਰਬਾਨੀ ਹੈ ਮੀਨੇ ਲੈ ਜਿਹੜੀ ਤੂੰ ਘਾਰ ਚੁੱਕੀ ਸੀ ਨਾ ਘਾਰ ਉਹ ਕਿਸੇ ਕੋਤੇ ਵਿਆ ਪੁੱਤਰਾ ਘਾਰ ਦੇ ਕੋ ਚੁੱਕੀ ਜਾਂਦੀ ਹੈ ਛੋਟੀ ਜੱਬ ਬਾਲਾ ਮਾਮਾ ਮੀਨਾ ਯਾਰ ਯਾਰ ਤੂੰ ਮੀਨਾ ਕਾਲੀ ਕਿ ਨਾ ਯਾਰ ਤੂੰ ਮੇਰੇ ਨਾਲ ਕੋਈ ਗੱਲ ਕਰ ਮੀਨਾ ਜਿਹੜੇ ਤੂੰ 16 ਮੋਬਾਈਲ ਇਕੱਠੇ ਲਿਆ ਕੇ ਵਿੱਚ ਸੀ ਮੈਨੂੰ ਮਾਫ ਕਰ ਦੇ ਯਾਰ ਅੱਲਾ ਮੈਨੂੰ ਮਾਫ ਕਰ ਦੇ ਓਏ ਓਏ ਕੋਈ ਸਿਮ ਵਾਲਾ ਮੇ ਕੋ ਮੋਬਾਈਲ ਆ ਮੈਨੂੰ ਰਿਸ਼ਤੇਦਾਰ ਵਾਲੇ ਕਈ ਵਾਰੀ ਮੈਨੂੰ ਬੋਲਦੇ ਆਏ ਦੋ ਸਿਮ ਵਾਲਾ ਮੋਬਾਈਲ ਲੈ ਲੈ ਯਾਰ ਕੋਈ ਦੂਜਾ ਲੈ ਲੈ ਮੇਰੇ ਕੋਲ ਹੋਣੀ ਲੈ ਹੁੰਦਾ ਯਾਰ ਜਾਣਦੇ ਹਾਂ ਜੀ ਹਾਂ ਹਾਂ ਇਹਨੂੰ ਫੜ ਕੇ ਰਿਓ ਕੋਈ ਨਹੀਂ ਕਰਦਾ ਸ਼੍ਰੀ ਕਰਨਾ ਮੈਨੂੰ ਫੜ ਕੇ ਇੱਕ ਦੇ ਰਹਿੰਦਾ ਕਿ ਦੇ ਮੈਨੂੰ ਨਵਾਂ ਐਡਰੈਸ ਦੱਸੋ ਸਭ ਜੀ ਨੂੰ ਲੈ ਆ ਮੇਰੇ ਕੱਲੇ ਤਾਂ ਦਿਲ ਨਹੀਂ ਲੱਗਦਾ ਮੈਂ ਤੇਰਾ ਦਿਲ ਲਾਣਾ ਇਹਦਾ ਵੀ ਲਾਣਾ ਤੇਰਾ ਵੀ ਲਾਣਾ ਸਾਬ ਮੇਰਾ ਸਾਹਿਬ ਜੀ ਓਏ ਕਿੰਦਰਾ ਗੱਲ ਕਰਦਾ ਪਿਆ ਸਾਬ ਜੀ ਤੁਹਾਡੇ ਨਾਲ ਗੱਲ ਕਰਨੀ ਯਾਰ ਮੈਂ ਮੇਰੀ ਗੱਲ ਸੁਣੋ ਸਾਹਿਬ ਜੀ ਇਹ ਇਹ ਬੰਦਾ ਫਰਾਡੀ ਹੈਗਾ ਯਾਰ ਮੇਰਾ ਨਾ ਕੋਈ ਤਲਾਕ ਨਹੀਂ ਹੈਗਾ ਅੱਲਾ ਦੀ ਕਸਮੇ ਮੈਂ ਨਾ ਤੇਰੀਆਂ ਇਨੀਆਂ ਕਾਲਾਂ ਇਹਦੇ ਨਾਲ ਕਿਉਂ ਹਈਆਂ ਬਾਈ ਓ ਯਾਰ ਮੈਨੂੰ ਕਾਲਾ ਕਰਦਾ ਸੀ ਮੈਂ ਦੇਖੋ ਰਾਂਗਾਲਾ ਬੰਦਾ ਮੈਂ ਰੱਗ ਸਾ ਤੂੰ ਇਹਦਾ ਕੁਝ ਲੱਗਦਾ ਹੈ ਤਾਂ ਅਦੀ ਗੱਲਾਂ ਕੀਤੀਆਂ ਨੇ ਓਏ ਮੈਨੂੰ ਇੰਦੇ ਕੋਲ ਮੋਬਾਈਲ ਨਿਕਲੇਣਾ ਸਾਰੀਆਂ ਕਾਲਾਂ ਗਈਆਂ ਹੀ ਤੇਰੇ ਨੰਬਰ ਤੇ ਨਹੀਂ ਉਹ ਯਾਰ ਮੈਂ ਮੇਕਾ ਕਸਮ ਜੀ ਕਹਲਾ ਯਾਰ ਮੈਂ ਨਹੀਂ ਮੈਨੂੰ ਪਤਾ ਹੀ ਨਹੀਂ ਯਾਰ ਕਿਹੜੀਆਂ ਚੋਰੀਆਂ ਕਰਦਾ ਯਾਰ ਮੈਂ ਤਾਂ ਝੂਠ ਹੀ ਪਾਈ ਜਾਂਦਾ ਇਹਨੇ ਦੱਸਿਆ ਕੀ ਦੱਸਿਆ ਇਹਨੇ ਆਖਿਆ ਕਿ ਜਿਹੜੀ ਮੋਟਰ ਹਥਲਾਈ ਏ ਉਹ ਵੀ ਮਹੀਨੇ ਲਈ ਏ ਮੋਟਰ ਮਹੀਨੇ ਨਾਲਾਈ ਆ ਹਾਂ ਤੇ ਤੂੰ ਲੱਗ ਦਿੱਤੀ ਨਹੀਂ ਹਾਂ ਜੀ ਜਾਣਦੇ ਹੋ ਜਿਹੜੀ ਮੇਰੀ ਸੇਹ ਦਾ ਮੈਨੂੰ ਮੋਟਰ ਤੁਰਦੇ ਖਿੱਚ ਲੈ ਉਹ ਤੂੰ ਰਹਿੰਦਾ ਕਿਦੇ ਮੈਨੂੰ ਆਪਣਾ ਐਡਰੈਸ ਦੱਸ ਆ ਯਾਰ ਮੈਂ ਅਸੀਂ ਆਪ ਲੱਭੀਏ ਮੈਂ ਕਿਤੇ ਰਹਿਣਾ ਯਾਰ ਮੈਂ ਤਾਂ ਖਾਨਾ ਬਦੋਸ਼ੀਆ ਬੰਦਾ ਯਾਰ ਜਾਣਦੇ ਯਾਰ ਸਾਰਾ ਤੇਰੀ ਖਾਨਾ ਬਦੋਸ਼ੀ ਮੈਂ ਕੱ ਮੈਂ ਲਵ ਲੈਣਾ ਤੈਨੂੰ ਓ ਯਾਰ ਮੈਂ ਨਹੀਂ ਹੈਗਾ ਐ ਦਾਦਾ ਤੂੰ ਏਦਾਂ ਦਾ ਹੈ ਜਾਂ ਨਹੀਂ ਤੈਨੂੰ ਹੁਣ ਥਾੜੇ ਲਿਆ ਕੇ ਦੱਸਦਾ ਉਹ ਤੇਰਾ ਪਿਆਰ ਕਰਦਾ ਉਹ ਕਰਦਾ ਓ ਤੇਨੂੰ ਚੁੱਕੇ ਐਸ ਐਚ ਓਏ ਮੀਨੇ ਭਾਜੀ ਓ ਮੈਨੂੰ ਭਾਜੀ ਨਾ ਕਿਹਾ ਯਾਰ ਓ ਮੈਨੂੰ ਮੀਨਾ ਵੀ ਨਾ ਕਹੀ ਬਥੇ ਦੱਸਾਈ ਓ ਯਾਰ ਕੋਈ ਹੋਸ਼ ਨੂੰ ਹੱਥ ਮਾਰ ਯਾਰ ਜੇ ਪੋਰਾ ਕਿ ਥੋੜੀ ਜੀ ਹੋਸ਼ ਲੈ ਗਈ ਨਾ ਤੇ ਮੇਰਾ ਭਰਾਵਾ ਮੇਰੀ ਗੱਲ ਸੁਣ ਲੈ ਆ ਜਾ ਸ਼ੇਰ ਅਜ ਇਕੱਲਾ ਹੀ ਫਸਿਆ ਹੈ ਉਹ ਸ਼ੇਰ ਦੇ ਨਾਲ ਕੁੱਤਾ ਦੇਣਾ ਆ ਪਸਾ ਓਏ ਯਾਰ ਤੂੰ ਸ਼ੇਰ ਆ ਮੇਰੀ ਗੱਲ ਸੁਣ ਤੂੰ ਚਿੱਤਰ ਖਾ ਲੈ ਯਾਰ ਮੈਨੂੰ ਕੱਲੀ ਬਤੋ ਵਧੀਆ ਤੇ ਯਾਰ ਦਾਵਤ ਦੇਣਿਆ ਯਾਰ ਉਹਨਾਂ ਸਾਹਮਣੇ ਮੇਰਾ ਨਾਮ ਲਈ ਜਨਾ ਯਾਰ ਮੀਨੇ ਸੱਜਣ ਮੇਰੇ ਚੋਰੀਆਂ ਦੇ ਹਮਦਰਦ ਓਏ ਓਏ ਤੂੰ ਰੰਗ ਕਰਦੇ ਨੂੰ ਮੈਨੂੰ ਅੱਜ ਤੱਕ ਰੋਟੀ ਨਹੀਂ ਮਗਾ ਕੇ ਦਿੱਤੀ ਯਾਰ ਸੱਜਣ ਕਿੱਦਾ ਹੋ ਗਿਆ ਮੈਂ ਤੇਰਾ ਯਾਰ ਮੇਰੇ ਚੋਰੀਆਂ ਦੇ ਸਾਥੀ ਓਏ ਹੋਲੀ ਬੋਲ ਮੇਰੀ ਗੱਲ ਸੁਣ ਮੇਰੀ ਗੱਲ ਹੁਣ ਬੋਲੀ ਨਾ ਚੁੱਪ ਚੁੱਪੋ ਕੇ ਮੇਰੀ ਗੱਲ ਸੁਣ ਤੂੰ ਸਿਰਫ ਗੱਲ ਕਰਕੇ ਤੇ ਤੈਨੂੰ ਉਹਨਾਂ ਨੇ ਕਿਉਂ ਮਾਰਿਆ ਇਹ ਨਾ ਕਹਿ ਕੇ ਯਾਰ ਮੈਂ ਮੀਨਾ ਤੇ ਇਹ ਉਹ ਮੈਂ ਇਹਨੂੰ ਜਾਣਦਾ ਯਾਰ ਮੇਰੀ ਗੱਲ ਸੁਣੋ ਹੋਸ਼ ਕਰ ਯਾਰ ਨਹੀਂ ਮੀਨੇ ਭਾਜੀ ਮੈਂ ਸਭ ਕੁਝ ਦੱਸ ਦਿੱਤਾ ਕੀ ਦੱਸਿਆ ਕੀ ਮੈਂ ਤੇ ਮਾੜਾ ਚੋਰ ਸੀ ਮੇਰਾ ਜਿਹੜਾ ਉਸਤਾਦ ਆ ਨਾ ਸਰਗਨਾ ਉਹਦਾ ਨਾ ਬਿਲਡਿੰਗ ਮੀਨਾਰਾਂ ਸਾਸ ਉਹ ਤੇਰੇ ਪੇੜੇ ਨੂੰ ਅੱਖ ਲੱਗ ਜਾ ਓਹ ਮਰੇ ਅਜੀਬ ਕੱਡੋ ਬਾਹਰੇ ਓਏ ਸਾਹਿਬ ਜੀ ਓ ਸਾਹਿਬ ਹਲੋ ਪਾਜਾ ਆ ਮਿਨੀਆ ਹਾਂ ਜੀ ਤਿਆਰ ਹੋ ਜਾ ਵੀ ਆ ਗਏ ਹਾਂ ਪਾਜੀ ਪਾਜੀ ਬਕਵਾਸ ਕਰ ਰਿਹਾ ਪਾਜੀ ਅੱਲਾ ਦੀ ਕਸਮੇ ਮੈਂ ਨਹੀਂ ਆਉਂਿਆ ਇਹਨੇ ਸਾਰੀਆਂ ਜ਼ਵਾਰਦਤਾ ਦਸੀਆਂ ਤੇਰੀਆਂ ਮੇਰੀਆਂ ਕਿਹੜੀਆਂ ਜ਼ਵਾਰਦਤਾ ਪਾਜੀ ਇਹ ਕਹਿੰਦਾ ਸਾਡਾ ਸਰਗੁਣਾ ਹੀ ਏ ਪਾਜੀ ਮੈਂ ਆਪਣੇ ਘਰੋਂ ਰਸ ਚੁਕਣਾ ਹੋਵੇ ਤੇ ਪਾਜੀ ਮੈਨੂੰ ਦੋ ਦਿਨ ਲੱਗ ਜਾਂਦੇ ਸਕੀਮ ਬਣਾਉਂਦੇ ਪਾਜੀ ਨਹੀਂ ਤੂੰ ਇਹਦਾ ਸਰਦਾਰ ਨਹੀਂ ਮੈਂ ਕਿਹੜਾ ਬੈ ਪਾਜੀ ਮੇਰਾ ਸਰਦਾਰ ਅੱਲਾ ਸੋਣਾ ਨਹੀਂ ਕਮਾਦਾਂ ਵਿੱਚ ਰਾ ਤੈਨੂੰ ਰੱਖਦਾ ਨਹੀਂ ਰਿਹਾ ਤੂੰ ਪਾਜੀ ਮੈਂ ਕਮਾਦਾਂ ਚ ਕਿਉਂ ਰੱਖਣਾ ਸੂਰ ਆ ਇਹ ਸੂਰ ਆ ਮੈਂ ਔਕਮਾਦਾ ਜਿਕੇ ਉਹ ਰਖਣਾ ਜਦੋਂ ਵੀ ਕਹਿੰਦਾ ਮੇਰੇ ਤੇ ਮੁਸ਼ਕਲ ਵੇਲਾ ਆਇਆ ਇਸ ਬੰਦੇ ਨੇ ਮੈਨੂੰ ਝੱਪਿਆ ਹੈ ਝੱਪਿਆ ਕੀ ਮਤਲਬ ਬਚਾਇਆ ਯਾਨੀ ਮੈਂ ਬਚਾਇਆ ਹਾਂ ਭਾਜੀ ਮੈਂ ਰਮੀਨਾ ਰੰਗਸਾਜ ਦਾ ਮੈਂ ਤਾਂ ਮੁਰਸ਼ਿਦ ਨਹੀਂ ਹੈਗਾ ਇਹ ਰੰਗਸਾਜੀ ਤੁਸੀਂ ਜਿਹੜੀ ਕਰਦੇ ਹੋ ਨਾ ਉਹ ਭਾਜੀ ਇਹ ਤੁਹਾਡੀ ਰੰਗਸਾਜੀ ਰੰਗਬਾਜੀ ਮੈਂ ਕੱਢ ਲੈਣਾ ਭਾਜੀ ਕਿੱਦਾਂ ਮੁੱਕਦੀ ਗੱਲ ਕੋਈ ਟੱਲੀ ਟਾਕੀ ਸ਼ਕੀ ਲਾਓ ਯਾਰ ਤੇਰੇ ਟਾਕੀ ਟਾਕੀਆਂ ਤੂੰ ਬਾਹਰ ਚਲਾਵੇਂ ਜਿੱਥੇ ਜਿੱਥੇ ਲੱਗਣਗੀਆਂ ਨਾ ਟਾਕੀਆਂ ਉੱਥੇ ਬਾਹਰ ਚਲਾਵੇਂ ਦੇਖ ਲੈ ਯਾਰ ਐਸਐਚਓ ਨਹੀਂ ਓ ਚੱਲ ਓ ਦੇਖ ਲੈ ਐਸਐਚਓ ਵੀ ਨਹੀਂ ਓ ਚੱਲ ਕੱਢ ਗੱਡੀ ਬਾਹਰ ਓ ਸਭ ਜੀ ਮੈਨੂੰ ਰਹਿਦਾ ਕੀ ਪਿਆ ਓਏ 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 ਚਾਜੀ ਮੇਰੀ ਗੱਲ ਸੁਣ ਲੈ ਓ ਰਾਣੀ ਬਣਾ ਲੈ ਸਭ ਤੋਂ ਪਹਿਲੇ ਆ ਇਹਨੂੰ ਗੱਡੀ ਨਾਲ ਬਾਹਰ ਕੱਢੇ ਇਹਦੀ ਚਾਬੀਆਂ ਲਗਾ ਲਾ ਓਏ ਓ ਸਾਲਿਆ ਓ ਮਰਵਾ ਤਈ ਮੀਨੇ ਮੈਂ ਐਸਐਚਓ ਦੇ ਨਾਲ ਤੈਨੂੰ ਆਪ ਲੈਣ ਆ ਰਿਹਾ ਹਾਂ ਤੈਨੂੰ ਲੈਣ ਆ ਰਿਹਾ ਐ ਤੈਨੂੰ ਕਰੋ ਮੈਂ ਬਾਹਰ ਆਉਣਾ ਨਹੀਂ ਜਾਦੇ ਯਾਰ ਕੋਈ ਕੋਸ਼ ਨੂੰ ਹੱਥ ਮਾਰ ਯਾਰ ਮੱਲੇ ਵਾਲੇ ਕੀ ਕਹਿਣਗੇ ਯਾਰ ਚਲ ਚਲ ਉੱਠ ਉੱਠ ਕਿਨਾ ਓਏ ਉਠਿਨਾ ਉਹਨਾਂ ਕਾ ਮੇ ਲੱਭਤੀ ਚਲ ਚਲ ਓਏ ਨਾ ਉਠੀ ਉਹਨਾਂ ਕਾ ਮੇ ਪੱਟ ਤੋ ਖੰਦੇ ਓਠ ਠੋ ਠੋ ਜਲਦੀ ਕਰ ਓਏ ਨਾ ਉਠੀ ਓਏ ਚਲ ਓਏ ਮਾਰ ਕਢਾ ਦੇ ਮੀਨੇ ਆ ਰਹੇ ਆ ਓਏ ਧਾਈ ਓ ਕੱਢੋ ਕੱਢੀ ਆ ਰਿਹਾ ਕੱਢ ਦਈਏ ਕੱਢੀ ਅੱਗੇ ਲੰਮੇ ਪੈ ਜਾਏ ਧੱਤੀ ਓਏ ਓਏ ਨਾ ਕੱਢ ਦਈ ਤੈਨੂੰ ਓ ਤੇਰੀ ਮਹਾਰਾ ਵਾਸਤਾ ਯਾਰ ਚੁੱਕੇ ਪਾ ਓ ਇਹਨੂੰ ਜੀਪ ਵਿੱਚ ਓਏ ਨਾ ਓਏ ਨਾ ਚੁੱਕੇ ਲਜਾਈ ਓਏ ਜਬ ਜਿੱਟਾ ਪਾ ਲਾ ਓਏ ਓ ਸਾਲਿਆ